ਨਾਮਜ਼ਦਗੀਆਂ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ਅੱਜ ਸੰਗਤ ਬਲਾਕ ਵਿੱਚ ਅਮਨ ਸ਼ਾਂਤੀ ਨਾਲ ਨੇਪਰੇ ਚਾੜਿਆ ਗਿਆ ਕੰਮ। ਦੱਸ ਦਈਏ ਕਿ ਸੰਗਤ ਬਲਾਕ ਵਿੱਚ 41 ਸਰਪੰਚਾਂ ਅਤੇ 344 ਪੰਚਾਂ ਦੀ ਚੋਣ ਲਈ ਅੱਜ ਕਾਗਜ਼ ਦਾਖਲ ਕੀਤੇ ਗਏ। ਭਾਵੇਂ ਕਿ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਨੇਪਰੇ ਅਮਨ ਸ਼ਾਂਤੀ ਨਾਲ ਚਾੜਿਆ ਗਿਆ, ਲੇਕਿਨ ਪੁਲਿਸ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਇਹ ਚੋਣਾਂ ਨੇਪਰੇ ਚੜ੍ਹਾਉਣ ਦੀਆਂ ਅਪੀਲਾਂ ਕੀਤੀਆਂ। ਜੀ ਸਾਹਿਬ, ਅੱਜ ਲਾਸਟ ਦਿਨ ਸੀਗਾ ਜੀ, ਅਤੇ ਕਿਸ ਤਰ੍ਹਾਂ ਕਾਗਜ਼ ਦਾਖਲ ਹੋਏ? ਅੱਜ ਸ਼ਾਂਤੀਪੂਰਵਕ ਹੋਇਆ ਕੰਮ ਸਾਹਿਬ। 3 ਵਜੇ ਅਸੀਂ ਗੇਟ ਲੌਕ ਕਰਾ ਤੇ, ਜਿਹੜੇ ਅੰਦਰ ਹਜੇ ਵੀ ਨਾਮਜ਼ਦ ਦੀ ਨੋਮੀਨੇਸ਼ਨ ਲੈ ਰਹੇ ਆ, ਅਤੇ ਸ਼ਾਂਤੀਪੂਰਵਕ ਰਿਹਾ ਅੱਜ। ਸਰ, ਜੇ ਗੱਲ ਕਰੀ ਜਾਵੇ ਵੀ ਸੁਰੱਖਿਆ ਪ੍ਰਬੰਧ ਜਾਂ ਕਿਸ ਤਰ੍ਹਾਂ ਕੀਤੇ ਗਏ ਸੀ ਤੁਹਾਡੇ ਵੱਲੋਂ? ਪੁਖਤਾ ਪ੍ਰਬੰਧ ਸੀ, ਸਾਡਾ ਪੁਲਿਸ ਪ੍ਰਸ਼ਾਸਨ ਦੇ ਬੈਠੇ ਆ ਸਭ, ਇਹਨਾਂ ਨੇ ਵਧੀਆ ਮੇਨਟੇਨ ਕੀਤਾ ਸਿਸਟਮ। ਅਤੇ ਕਾਗਜ਼ ਉਸ ਤੋਂ ਬਾਅਦ ਸਰ ਅਗਲੇ ਕੱਲ੍ਹ ਦਾ ਅਤੇ ਪਰਸੋਂ ਦੇ ਦਿਨ ਦਾ ਕਿਉਂ? ਬਸ ਅੱਜ ਲਾਸਟ ਡੇ ਸੀਗਾ ਜੀ, ਅੱਜ ਨੋਮੀਨੇਸ਼ਨ ਆ ਗਏ, ਇਸ ਤੋਂ ਬਾਅਦ ਅਫਸਰਾਂ ਜਿਹਨਾਂ ਡਿਊਟੀ ਹੋਣਗੇ ਚੈੱਕ ਕਰਨਗੇ, ਕੋਈ ਰੱਦ ਹੋਇਆ ਕੋਈ ਕਮੀ ਹੋਈ ਉਹ ਕਰ ਦੇਣਗੇ, ਅਤੇ ਮਤਲਬ 7 ਤਰੀਕ ਨੂੰ ਫਾਈਨਲ ਹੋ ਜਾਣਾ। ਪੀ ਓ ਸਾਹਿਬ, ਕਿੰਨੇ ਸਰਪੰਚਾਂ ਨੇ ਅਤੇ ਕਿੰਨੇ ਪੰਚਾਂ ਦੀ ਚੋਣ ਵਾਸਤੇ ਕਾਗਜ਼ ਦਾਖਲ ਕੀਤੇ ਗਏ? ਕੁੱਲ ਨਾਮਜ਼ਦਗੀਆਂ 154 ਜਿਹੜੀਆਂ ਫਾਈਲਾਂ ਆਈਆਂ ਅੱਜ, ਅਤੇ ਪੰਚ 344 ਅਤੇ ਸਰਪੰਚ 41। ਕਿਸ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਮਾਹੌਲ ਅੱਜ ਸ਼ਾਂਤੀਪੂਰਨ ਕਿਸ ਤਰ੍ਹਾਂ ਹੈ? ਬਹੁਤ ਵਧੀਆ ਮਾਹੌਲ ਰਿਹਾ, ਕੋਈ ਵੀ ਲੜਾਈ ਝਗੜੇ ਵਾਲੀ ਗੱਲ ਨਹੀਂ ਹੋਈ, ਅਤੇ ਸਾਰਾ ਕੰਮ ਜਿਹੜਾ ਸ਼ਾਂਤੀਪੂਰਵਕ ਨੇਪਰੇ ਚੜਿਆ। ਤੁਹਾਡੇ ਡਿਪਾਰਟਮੈਂਟ ਵੱਲੋਂ ਜੋ ਪੰਚਾਇਤੀ ਇਲੈਕਸ਼ਨ ਵਾਸਤੇ ਕੈਂਡੀਡੇਟ ਆ ਰਹੇ ਸੀ, ਉਹਨਾਂ ਵਾਸਤੇ ਕੀ ਪ੍ਰਬੰਧ ਕੀਤੇ ਗਏ? ਪਾਣੀ ਦਾ ਚਾਹ ਦਾ ਵਧੀਆ ਪ੍ਰਬੰਧ ਕੀਤਾ ਗਿਆ ਸਾਡੇ ਨੂੰ ਜੋ ਵੀ ਸੀ। ਨਾਮਜ਼ਦਗੀਆਂ ਦਾ ਕਿਸ ਤਰ੍ਹਾਂ ਹੀ ਰਿਹਾ? ਸਾਡੇ ਇੱਥੇ ਸੰਗਤ ਬਲਾਕ ਦੇ ਤਕਰੀਬਨ 3 ਸੈਂਟਰ ਬਣਾਏ ਗਏ ਸੀ, ਜਿੱਥੇ ਨੋਮੀਨੇਸ਼ਨਸ ਭਰਨੀਆਂ ਸੀ ਵੱਖ ਵੱਖ ਸਰਪੰਚਾਂ ਨੇ, ਵੱਖ ਵੱਖ ਪਿੰਡਾਂ ਦੇ ਪੰਚਾਂ ਨੇ ਅਤੇ ਸਰਪੰਚਾਂ ਨੇ, ਜਿਹਦੇ ਸੰਬੰਧੀ ਇੱਕ ਬੀ ਡੀ ਓ ਬਲਾਕ ਦੇ ਵਿੱਚ ਸਾਡੇ 2 ਸੈਂਟਰ ਸੀ, ਇੱਕ ਬੀ ਡੀ ਓ ਬਲਾਕ ਦੇ ਵਿੱਚ ਅਤੇ ਦੂਸਰਾ ਐਗਰੀਕਲਚਰ ਦਫ਼ਤਰ ਦੇ ਵਿੱਚ ਅਤੇ ਤੀਸਰਾ ਨਗਰ ਕੌਂਸਲ ਦੇ ਵਿੱਚ। ਜਿਹੜਾ ਤਿੰਨੋਂ ਸਾਡਾ ਸ਼ਾਂਤੀਪੂਰਵਕ ਬਿਨਾਂ ਕਿਸੇ ਵੀ ਅਣਸੁਖਾਵੀ ਘਟਨਾ ਜਾਂ ਉਹਦੇ ਤੋਂ ਨੇਪਰੇ ਚੜਿਆ, ਅਤੇ ਪੂਰਾ ਪੀਸਫੁਲੀ ਜੋ ਵੀ ਹਜੇ ਇੱਕ ਬਲੋਕ ਦੇ ਵਿੱਚ ਸਾਡਾ ਚੱਲ ਰਿਹਾ ਉਹ ਪੀਸਫੁਲੀ ਚੱਲ ਰਿਹਾ। ਅਤੇ ਸੈਕਿੰਡ, ਅਸੀਂ ਅੱਗੇ ਵੀ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਇਲੈਕਸ਼ਨਾਂ ਵਾਲੇ ਦਿਨ, ਵੋਟਾਂ ਵਾਲੇ ਦਿਨ ਵੀ ਆਪਣੀ ਸ਼ਾਂਤੀ ਬਣਾਈ ਰੱਖਣ, ਅਤੇ ਮਾੜੇ ਅੰਸਰ ਜੋ ਵੀ ਆਪਣਾ ਗਲਤ ਰੂਪ ਦਿਖਾ ਸਕਦੇ ਆ ਜਾਂ ਦਿਖਾਉਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਇਹੋ ਜਿਹੀ ਚੀਜ਼ ਤੋਂ ਦੂਰ ਰਹਿਣ, ਅਤੇ ਬਾਕੀ ਲੋਕਾਂ ਨੂੰ ਵੀ ਅਪੀਲ ਰੱਖਦੇ ਹਾਂ ਕਿ ਆਪਣੀ ਸ਼ਾਂਤੀ ਬਣਾਈ ਰੱਖਣ।